ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਡਾਕਟਰ ਹਰਮਨਦੀਪ ਸਿੰਘ ਗੱਲ ਕਰਦੇ ਆਂ ਐਟਲੈਂਟਸ ਤੇ ਐਕਸਲ ਦਵਾਈ ਜਿਹੜੀ ਵਰਤੀ ਜਾਂਦੀ ਆ ਐਟਲੈਂਟਸ ਬਾਇਰ ਦੀ ਐਕਸਲ ਸੇਜੰਟਾ ਕੰਪਨੀ ਦੀ ਉਹਦੀ ਮੋਡ ਆਫ ਐਕਸ਼ਨ ਬਾਰੇ ਬਹੁਤ ਸਾਰੇ ਮੇਰੇ ਕਿਸਾਨ ਵੀਰ ਗੁਲੀ ਡੰਡੇ ਦੇ ਕੰਟਰੋਲ ਲਈ ਇਹ ਸਪਰੇਆ ਕਰਦੇ ਨੇ ਪਰ ਕਈ ਵਾਰ ਇਹਨਾਂ ਨੂੰ ਐ ਲੱਗਦਾ ਕਿ ਜਲਦੀ ਰਿਜ਼ਲਟ ਨਹੀਂ ਮਿਲਿਆ ਇਹਦਾ 5-7 ਦਿਨ ਦੇ ਵਿੱਚ ਹੀ ਫੈਸਲਾ ਕਰ ਲੈਂਦੇ ਨੇ ਦੂਜੀ ਸਪਰੇ ਕਰ ਦਿੰਦੇ ਨੇ ਉਹਦੇ ਨਾਲ ਕਣਕ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਹੁੰਦਾ ਵਾ ਜਿਹਦੇ ਕਰਕੇ ਅੱਗੇ ਜਾ ਕੇ ਝਾੜ ਦੇ ਵਿੱਚ ਵੀ ਨੁਕਸਾਨ ਹੁੰਦਾ ਵਾ ਅੱਜ ਇਹਨਾਂ ਦੇ ਮੋਡ ਆਫ ਐਕਸ਼ਨ ਬਾਰੇ ਦੱਸੂਗਾ ਕਿੰਨੇ ਟਾਈਮ 'ਚ ਰਿਜ਼ਲਟ ਦਿੰਦੀਆਂ ਨੇ ਦਵਾਈਆਂ ਉਸ ਤੋਂ ਪਹਿਲਾਂ ਮੇਰੇ ਜਿਹੜੇ ਵੀਰਾਂ ਨੇ ਹਾਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਮੋਡ ਆਫ ਐਕਸ਼ਨ ਕੀ ਹੈ ਜੀ ਇਹਨਾਂ ਦਾ ਜਦੋਂ ਆਪਾਂ ਇਹਨਾਂ ਦੀ ਸਪਰੇਅ ਕਰਦੇ ਆਂ ਜੀ ਫੋਲੀਅਰ ਸਪਰੇ ਆਪਾਂ ਕਰਦੇ ਆਂ ਇਹ ਐਂਟਰ ਹੁੰਦੀ ਆ ਜੀ ਐਕਜ਼ੈਲਮ ਤੇ ਫਿਲਮ ਦੇ ਵਿੱਚ ਇਨਜਾਈਮਸ ਦੇ ਵਿੱਚ ਦਵਾਈ ਜਿਹੜੀ ਐਂਟਰ ਹੁੰਦੀ ਆ ਐਕਜ਼ੈਲਮ ਦਾ ਕੰਮ ਹੁੰਦਾ ਜੀ ਇਹ ਵਾਟਰ ਤੇ ਨਿਊਟ੍ਰੀਐਂਟ ਆ ਜਿਹੜਾ ਆਪਣੇ ਆਪਾਂ ਜਿਹੜੇ ਵੀ ਵਾਟਰ ਦਿੰਦੇ ਆਂ ਕਣਕ ਨੂੰ ਚਾਹ ਨਿਊਟ੍ਰੀਐਂਟ ਦਿੰਦੇ ਆਂ ਉਹਦਾ ਟਰਾਂਸਪੋਰਟ ਕਰਦਾ ਹੈ ਰੂਟਸ ਤੋਂ ਲੈ ਕੇ ਉੱਪਰ ਲੀਫਸ ਤੱਕ ਇਦਾਂ ਹੀ ਫੈਲਮ ਦਾ ਕੰਮ ਇਹ ਫੂਡ ਤੇ ਆਰਗੈਨਿਕ ਮਟੀਰੀਅਲ ਆ ਇਹ ਟਰਾਂਸਪੋਰਟ ਕਰਦਾ ਜੀ ਇਹ ਜਿਹੜੀ ਦਵਾਈ ਆ ਆਪਾਂ ਸਪਰੇਅ ਕਰਦੇ ਆ ਐਕਸਲ ਦੀ ਚਾਹੇ ਐਟਲੈਂਟਿਸ ਦੀ ਉਹਦੇ ਵਿੱਚ ਐਂਟਰ ਹੁੰਦੀ ਆ ਉਹਦਾ ਖਾਣ ਪੀਣ ਇਮੀਡੀਏਟਲੀ ਬੰਦ ਕਰ ਦਿੰਦੀ ਆ ਪਾਣੀ ਦੀ ਟਰਾਂਸਪੋਰਟ ਵੀ ਬੰਦ ਕਰ ਦਿੰਦੀ ਆ ਜਦੋਂ ਆਪਾਂ ਸਪਰੇਅ ਕਰਦੇ ਆ ਇਮੀਡੀਏਟਲੀ ਗਰੋਥ ਰੁਕ ਜਾਂਦੀ ਆ ਗੁੱਲੀ ਡੰਡੇ ਦੀ ਬਟ ਫੁੱਲ ਰਿਜ਼ਲਟ ਆ ਜਿਹੜਾ ਐਕਸਲ ਦਾ ਰਿਜ਼ਲਟ ਆ ਜਿਹੜਾ 2 ਤੋਂ 3 ਵੀਕ ਦੇ ਵਿੱਚ ਆਉਂਦਾ Atlantis ਦਾ ਜਿਹੜਾ ਫੁੱਲ ਰਿਜ਼ਲਟ ਆ 3 ਤੋਂ 4 ਵੀਕ ਦੇ ਵਿੱਚ ਫੁੱਲ ਸ਼ੋਅ ਹੁੰਦਾ ਆ ਆਪਾਂ ਨੂੰ ਜਦੋਂ ਕਿ ਬੂਟਾ ਸਾਰਾ ਪੀਲਾ ਪੈ ਕੇ ਸੜ ਜਾਂਦਾ ਬਟ ਆਪਣੇ ਕੀ ਆ ਕਿ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਮੇਰੇ ਵੀਰ ਕਿਸਾਨ 5-7 ਦਿਨਾਂ ਦੇ ਵਿੱਚ ਜੇ ਨਾ ਰਿਜ਼ਲਟ ਆਵੇ ਆਪਾਂ ਨੂੰ ਗੁਲੀ ਡੰਡਾ ਪੀਲਾ ਪੈਂਦਾ ਨਾ ਦਿਖੇ ਤਾਂ ਅਗਲੀ ਸਪਰੇਅ ਕਰ ਦਿੰਦੇ ਆ ਜਿਸ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਮੇਰੇ ਵੀਰ ਥੋੜਾ ਜਿਹਾ ਵੇਟ ਕਰਿਆ ਕਰੋ ਤੇ ਜਿਹਦੇ ਨਾਲ ਜਿਹੜਾ ਮੋਡ ਆਫ ਐਕਸ਼ਨ ਦੇ ਥਰੂ ਹੀ ਦਵਾਈਆਂ ਨੇ ਕੰਮ ਕਰਨਾ ਏ ਇੰਨੀ ਜਲਦੀ ਡਿਸੀਜਨ ਨਾ ਲਿਆ ਕਰੋ ਤੇ ਥੋੜੀ ਵੇਟ ਕਰਿਆ ਕਰੋ ਜੀ ਉਸ ਤੋਂ ਬਾਅਦ ਹੀ ਅੱਗੇ ਡਿਸੀਜਨ ਲਿਆ ਕਰੋ ਕੋਈ ਵੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ